ਹਾਂਜੀ ਅੱਜ ਆਪਾਂ ਬਣਾਉਣੇ ਆ ਹਰੀਆਂ ਮਿਰਚਾਂ ਦੇ ਪਕੌੜੇ। ਆਪਾਂ ਗਾਰਡਨ 'ਚ ਆਪਣੇ ਤੋੜਨ ਆਏ ਹਾਂ ਬੈਕ ਯਾਰਡ 'ਚੋਂ। ਆਪਣੇ ਹਰੀਆਂ ਮਿਰਚਾਂ ਲੱਗੀਆਂ ਹੋਈਆਂ ਜੀ, ਆਹਦੇ ਮੈਂ ਤੋੜ ਲਈਆਂ ਇਹ 'ਚ ਥੋੜ੍ਹੀਆਂ ਜਿਹੀਆਂ ਹੋਰ ਤੋੜ ਲੈਂਦੇ। ਇਹ ਕੌੜੀਆਂ ਨਹੀਂ ਹੈਗੀਆਂ ਬਿਲਕੁਲ ਹੀ, ਜੇ ਆਪਾਂ ਕੱਚੀਆਂ ਤੋੜਦੇ ਹਾਂ, ਜੇ ਆਪਾਂ ਪੱਕੀਆਂ ਤੋੜਦੇ ਹਾਂ ਇਹਨਾਂ ਨੂੰ ਫਿਰ ਇਹ ਕੌੜੀਆਂ ਹੁੰਦੀਆਂ। ਹੁਣ ਆਪਾਂ ਥੋੜ੍ਹੀਆਂ ਜਿਹੀਆਂ ਕੱਚੀਆਂ ਤੋੜੀਆਂ, ਤੁਸੀਂ ਦੇਖ ਸਕਦੇ ਹੋ ਬਹੁਤ ਵੱਡੀਆਂ ਵੱਡੀਆਂ ਮਿਰਚਾਂ ਨੇ। ਅਤੇ ਆਪਾਂ ਇਹਨਾਂ ਦੇ ਹੁਣ ਬਣਾਉਣੇ ਪਕੌੜੇ, ਅਤੇ ਤੁਹਾਨੂੰ ਫਿਰ ਰੈਸਪੀ ਦੱਸਦੇ ਹਾਂ, ਮਿਲਦੇ ਹਾਂ ਫਿਰ ਅੰਦਰ ਜਾ ਕੇ। ਹਾਂਜੀ, ਆਪਾਂ ਨੂੰ ਸ਼ਿਮਲਾ ਮਿਰਚਾਂ ਦੇ ਪਕੌੜਿਆਂ ਲਈ ਜੋ ਜੋ ਚੀਜ਼ਾਂ ਚਾਹੀਦੀਆਂ ਤੁਹਾਨੂੰ, ਸੌਰੀ ਸ਼ਿਮਲਾ ਮਿਰਚਾਂ ਨਹੀਂ, ਮਿਰਚਾਂ ਦੇ ਪਕੌੜੇ, ਮਿਰਚਾਂ ਜਿਹੜੀਆਂ ਆਪਾਂ ਤੋੜ ਕੇ ਲਿਆਏ ਹਾਂ ਜੀ ਗਾਰਡਨ 'ਚੋਂ। ਅਤੇ ਇਹਦੇ ਲਈ ਆਪਾਂ ਨੂੰ ਆ ਬੇਸਣ ਚਾਹੀਦਾ ਜੀ। ਅਤੇ ਬੇਸਣ ਦੇ ਵਿੱਚ ਆਪਾਂ ਜਿਹੜੇ ਵੀ ਮਸਾਲੇ ਪਾਉਣੇ ਤੁਹਾਨੂੰ ਦੱਸਦੇ ਹਾਂ। ਇਹ 1 ਕੱਪ ਬੇਸਣ ਆਏ, ਅਤੇ ਇਹਦੇ ਵਿੱਚ ਆਪਾਂ 1/4 ਚਮਚਾ ਲੂਣ ਦਾ ਪਾਇਆ ਜੀ। ਅਤੇ ਆਪਾਂ ਇਹ ਥੋੜ੍ਹੀਆਂ ਜਿਹੀਆਂ ਕਾਲੀਆਂ ਮਿਰਚਾਂ ਪਾਉਂਦੇ ਹਾਂ, ਅਤੇ 1 ਚਮਚਾ ਆਪਾਂ ਪਾਉਂਦੇ ਹਾਂ ਹਲਦੀ ਦਾ, ਅਤੇ ਥੋੜ੍ਹੀ ਜਿਹੀ ਲਾਲ ਮਿਰਚ ਜੀ, ਅੱਧਾ ਚਮਚਾ ਲਾਲ ਮਿਰਚ। ਹਾਂਜੀ, ਆਪਾਂ ਹੋਰ ਇਹ 'ਚ ਪਾਉਣਾ ਜੀ ਸੁੱਕੀ ਮੇਥੀ ਥੋੜ੍ਹੀ ਜਿਹੀ ਸੂਰੀ ਮੇਥੀ, ਅਤੇ 1/2 ਚਮਚਾ ਤਿਲ ਨੇ ਜੀ, ਅਤੇ 1/2 ਚਮਚਾ ਆਪਾਂ ਰਾਈ ਮਸਟਰਡ ਸੀਡ ਪਾਏ ਆ, ਅਤੇ ਥੋੜ੍ਹਾ ਜਿਹਾ ਆਪਾਂ ਪਾਵਾਂਗੇ ਗਾਰਲਿਕ ਪਾਊਡਰ, ਅਤੇ ਥੋੜ੍ਹਾ ਜਿਹਾ ਚਾਟ ਮਸਾਲਾ, ਅਤੇ ਥੋੜ੍ਹਾ ਜਿਹਾ 1/2 ਚਮਚਾ ਹੀ ਗਰਮ ਮਸਾਲਾ ਪਾਇਆ, ਅਤੇ ਨਾਲ ਹੀ ਆਪਾਂ ਇਹ ਪਾ ਦਿੰਦੇ ਰਾਈ 'ਤੇ। ਗਾਰਲਿਕ ਪਾਊਡਰ ਨਾਲ ਵੀ ਇਹਦਾ ਟੇਸਟ ਵਧੀਆ ਆ ਜਾਂਦਾ ਜੀ, ਟੇਸਟ ਚੇਂਜ ਹੋ ਜਾਂਦਾ। ਤੁਸੀਂ ਇੱਦਾਂ ਟਰਾਈ ਕਰਕੇ ਦੇਖਿਓ, ਜੇ ਤੁਹਾਡੇ ਕੋਲ ਤੁਸੀਂ ਵੈਸੇ ਪਾਉਣਾ ਥੋੜ੍ਹਾ ਜਿਹਾ ਲਸਣ ਅਤੇ ਅਦਰਕ ਕੁੱਟਿਆ ਉਹ ਵੀ ਪਾ ਸਕਦੇ, ਆਪਾਂ ਪਾਊਡਰ ਥੋੜ੍ਹਾ ਜਿਹਾ ਯੂਜ਼ ਕੀਤਾ ਜੀ। ਅਤੇ ਨਾਲ ਹੀ ਆਪਾਂ ਵਿੱਚ ਪਾ ਦਾਂਗੇ ਧਨੀਆ ਕੱਟਿਆ ਹੋਇਆ, ਅਤੇ ਥੋੜ੍ਹਾ ਜਿਹਾ ਆਪਾਂ ਪਾਵਾਂਗੇ ਜੀ ਆਹ ਚਾਟ ਮਸਾਲਾ। ਇਸ ਤਰ੍ਹਾਂ ਬਣਾ ਕੇ ਦੇਖਿਓ, ਬਹੁਤ ਟੇਸਟੀ ਬਣਦੇ ਆ। ਜੇ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਸਬਸਕ੍ਰਾਈਬ ਕਰਿਓ। ਫਰੈਂਡਸ, ਸਾਡੇ ਚੈਨਲ ਦਾ ਨਾਮ ਹੈਗਾ ਹੈਪੀ ਪੰਜਾਬੀ ਗਾਏ। ਤੁਸੀਂ ਫਰੈਂਡਸ ਸਾਰੇ ਦੇਖਦੇ ਹੋ ਬਹੁਤ, ਹੋ ਥੈਂਕ ਯੂ ਫੋਰ ਵਾਚਿੰਗ, ਬਟ ਸਬਸਕ੍ਰਾਈਬ ਵੀ ਕਰਿਓ ਨਵੀਂ ਨਵੀਂ ਰੈਸਪੀ ਦੇਖਣ ਨੂੰ। ਥੋੜ੍ਹਾ ਜਿਹਾ ਆਪਾਂ ਚਾਟ ਮਸਾਲਾ ਪਾਤਾ ਜੀ। ਹਾਂਜੀ, ਆਪਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲੈਂਦੇ ਹਾਂ ਪਾਣੀ ਦੇ ਨਾਲ। ਅਤੇ ਇਹਦਾ ਇੱਕ ਪਕੌੜਿਆਂ ਦਾ ਜਿਵੇਂ ਆਪਾਂ ਘੋਲ ਜਿਹਾ ਬਣਾਉਂਦੇ ਹਾਂ, ਉਹਦੇ ਨਾਲ ਥੋੜ੍ਹਾ ਜਿਹਾ ਥਿੱਕ ਜਿਹਾ ਰੱਖਣਾ ਹੈ, ਕਿਉਂ ਫਿਰ ਮਿਰਚਾਂ ਦੇ ਉੱਪਰ ਇਹ ਕੋਟਿੰਗ ਹੋ ਜਾਵੇ। ਅਤੇ ਮਿਰਚਾਂ ਇਹ ਕੌੜੀਆਂ ਨਹੀਂ ਹੈਗੀਆਂ ਜੀ, ਜ਼ਿਆਦਾ ਆਪਣੇ ਘਰ ਦੀਆਂ ਮਿਰਚਾਂ ਨੇ, ਅਤੇ ਬਿਨਾਂ ਸਪਰੇਅ ਤੋਂ ਹੀ, ਕੋਈ ਸਪਰੇਅ ਨਹੀਂ ਆਪਾਂ ਯੂਜ਼ ਕਰਦੇ ਘਰ 'ਚ, ਆਪਣੇ ਬਾਹਰ ਗਾਰਡਨ 'ਚ ਹੀ ਲੱਗੀਆਂ ਹੋਈਆਂ ਸੀ ਜਿਹੜੀਆਂ ਆਪਾਂ ਤੋੜ ਕੇ ਲਿਆਏ ਹਾਂ। ਤਾਂ ਤੁਸੀਂ ਥੋੜ੍ਹਾ ਥੋੜ੍ਹਾ ਪਾਣੀ ਪਾ ਕੇ ਘੋਲਣਾ ਹੈ, ਕਿਉਂ ਇੱਕਦਮ ਪਾਣੀ ਪਾਉਂਗੇ ਉਹਦੀਆਂ ਫਿਰ ਗੱਠਾਂ ਜਿਹੀਆਂ ਵੱਧ ਜਾਂਦੀਆਂ। ਉੱਧਰ ਆਪਣਾ ਤੇਲ ਆਪਾਂ ਰੱਖਤਾ ਜੀ ਫਰਾਈ ਪੈਨ 'ਚ, ਅਤੇ ਤੇਲ ਗਰਮ ਹੁੰਦਾ ਵਾ, ਫੁੱਲ ਗੈਸ 'ਤੇ ਰੱਖਿਆ ਆਪਾਂ, ਲੋਹੇ ਦਾ ਫਰਾਈ ਪੈਨ ਕਰਕੇ ਹੀ ਉਹਦਾ ਰੰਗ ਇੱਦਾਂ ਦਾ ਲੱਗਦਾ। ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਜੀ, ਹੌਲੀ ਹੌਲੀ ਘੋਲਣਾ ਜੀ, ਥੋੜ੍ਹਾ ਥੋੜ੍ਹਾ ਪਾਣੀ ਪਾ ਕੇ। ਇੱਕਦਮ ਸਾਰਾ ਪਾਣੀ ਪਾ ਦੋਗੇ ਤਾਂ ਇਹਦੀਆਂ ਗੱਠਾਂ ਜਿਹੀਆਂ ਵੱਧ ਜਾਣਗੀਆਂ। ਬਹੁਤ ਟੇਸਟੀ ਬਣਦੇ ਆ ਪਕੌੜੇ ਇੱਦਾਂ ਮਿਰਚਾਂ ਦੇ, ਕਿਉਂ ਰਾਈ ਦਾ ਅਤੇ ਤਿਲਾਂ ਦਾ ਹੀ ਸਾਰੀਆਂ ਚੀਜ਼ਾਂ ਦਾ ਇੱਕ ਵੱਖਰਾ ਜਿਹਾ ਟੇਸਟ ਆਉਂਦਾ, ਕਿਉਂ ਮਿਰਚਾਂ ਜ਼ਿਆਦਾ ਕੌੜੀਆਂ ਨਹੀਂ, ਇਹ ਤਾਂ ਬੱਚੇ ਵੀ ਖਾ ਲੈਂਦੇ ਆ। ਤੁਸੀਂ ਦੇਖ ਕੇ ਬਣਾਏ ਹੋਏ ਜਿਹੜੀਆਂ ਮਿਰਚਾਂ ਕੌੜੀਆਂ ਨਾ ਹੋਣ ਜ਼ਿਆਦਾ, ਆਪਾਂ ਉਹੀ ਮਿਰਚਾਂ ਯੂਜ਼ ਕੀਤੀਆਂ ਜਿਹੜੀਆਂ ਕੌੜੀਆਂ ਨਹੀਂ ਹੈਗੀਆਂ। ਹਾਂਜੀ, ਹੁਣ ਆਪਣਾ ਜਿਹੜਾ ਘੋਲ ਆ ਉਹ ਰੈਡੀ ਹੋ ਗਏ ਮੋਸਟਲੀ। ਹਾਂਜੀ, ਘੋਲ ਆਪਣਾ ਰੈਡੀ ਹੋ ਗਏ, ਅਤੇ ਇੱਦਾਂ ਦੀ ਇਹਦੀ ਕੰਸਿਸਟੈਂਸੀ ਆ। ਇਹਨੂੰ ਥੋੜ੍ਹਾ ਜਿਹਾ ਗਾੜਾ ਹੀ ਰੱਖਣਾ ਫਰੈਂਡਸ। ਅਤੇ ਹੁਣ ਆਪਾਂ ਇਹਦੇ ਵਿੱਚ ਪਾ ਦਿੰਦੇ ਮਿਰਚਾਂ,
मम्मी इन लबेड़ के चंगी तरह तो उधर फ्राई कर लेंगे। अपना तेल भी गर्म है, तुसी देख सकते हो। फ्राई कर लेने उधर अपा नाल ही इतों पा के। बहुत टेस्टी लगती है खाने में यह। इस तरह ही आप फिर सारिया पा लें तुम दिखाने। हाँ जी आप इन खाती हैं मिर्चा, फिर हम आप पहले इन फ्राई कर लें। हाँ जी आलमोस्ट हो चुके। हाँ जी फ्राई हो गई जी अपनी मिर्चा, कढ लैने हम। तुम देख सकते हो कि वधिया इहदी लुक लग रही है। इस तरह ही आप होर कढ लैने ते आप हुण इहनू सर्व कर दें। हाँ जी अपने मिर्चा के पकौड़े बन के रेडी ने। आप लिया कैचअप, ग्रीन चटनी, आ हॉट एंड स्वीट तो ट्राई किए, बहुत टेस्टी बने। तुसी भी इस तरह ट्राई करो तो सानू अपने कमेंट दस्यो तो साढ़े चैनल नू सबसक्राइब करो। साढ़े चैनल का नाँ हैगा हैप्पी पंजाबी गाए। तो अपने फ्रेंड्स ना शेयर करो, लाइक करो, कमेंट करो। थैंक यू फॉर वॉचिंग अस। मिलते हैं किसी होर वीडियो के नाल।